बिल्कुल सही सवाल है। नरेगा स्कीम बहुत वधिया है, नरेगा की जिहड़ी स्कीम है बहुत वधिया है, पर लागू करन दे विच प्रॉब्लम आने जां तां बहुत सारे पिंडां चों आउंदी है सानू शिकायत कि आपदे फेवरेट जिहड़े सरपंच ने जां उहदे जिहड़ा सैकटरी है जिहड़ा नरेगा ਉਹ ਆਪਦੇ ਚਹੇਤਿਆਂ ਨੂੰ ਜਦ ਕੰਮ ਦਿੰਦਾ ਬਾਕੀ ਨੂੰ ਦਿੰਦਾ ਨੀ, ਠੀਕ ਹੈ ਨਾ। ਮੇਰੇ ਕੋਲ ਪਿਆ ਸਾਰਾ ਕਾਰਡ, 100 ਦਿਨ ਦੀ ਗਰੰਟੀ ਹੈ। ਮੈਨੂੰ ਨੀ ਲੱਗਦਾ ਕੋਈ ਇਹੋ ਜਿਹਾ ਪਿੰਡ ਹੋਊਗਾ ਜਿਹੜਾ 100 ਦਿਨ 100 ਦਿਨ 50 ਦਿਨ ਵਿੱਚ ਕਰਦਾ ਹੋਵੇ। ਹਾਂ ਨਹੀਂ ਨਹੀਂ, ਫਿਰ ਕੀ ਹੈ ਕੱਚੇ ਰਜਿਸਟਰ ਤੇ ਗੂਠੇ ਲਵਾ ਲੈਂਦੇ ਨੇ, ਠੀਕ ਹੈ। ਕੱਚੇ ਰਜਿਸਟਰ ਤੇ ਗੂਠੇ ਲਵਾਉਣ ਦਾ ਮਤਲਬ ਹੈ ਉਹ ਰਜਿਸਟਰ ਉਹੀ ਤੇ पैसे आपदे चहेते जानी कि काम तुसी कीता दिहाड़ी होर नूं मिल गई। एदू वड्डा पाप कोई हो सकदा है 240 रुपये एक दिन दे गरीब दे खा के ते तुसी कित्थे जाओगे, जमारे छत लोगे? 2-2 महीने दे पैसे नहीं मिलते। मैं बहुत सारे दवाए भी ने। सो सेंटर दी स्कीम है पर लागू पंजाब करदा है, उत्थे बेईमानियां ने। मैं दस नाले तां ईमानदार बंदे जदों लग गए 100 दिन की गरंटी, क्योंकि पैसा पंजाब ने नहीं देना, पैसा सेंटर ने देना, क्यों नहीं लेते ना? 100 दिन की गरंटी प्लस कार्ड जिहड़े नवे हजे नवे भी बहुत सारे नवे बने नहीं। ओह एक मैं होर दस दा, वो आपां नूं दस्सिया ही नहीं इन्होंने, 4 किले जां 4 किलियां तो घट वाला किसान है जिहड़ा ਉਹਦਾ ਨਰੇਗਾ ਕਾਰਡ ਬਣ ਸਕਦਾ, ਉਹਦਾ ਨਰੇਗਾ ਕਾਰਡ ਬਣ ਜੂ। ਇਹ ਨਹੀਂ ਹੈਗਾ ਕਿ ਕਿਤੇ ਹੋਰ ਕੰਮ ਕਰਨਾ, ਆਪਦੇ ਖੇਤ ਹੀ ਕਰਨਾ। ਸਰਪੰਚ ਨੂੰ ਲਿਖਾ ਕੇ ਜਾਣਾ ਮੈਂ ਕੋਈ ਖੇਤ ਚੱਲਿਆ, ਮੇਰਾ ਆਪਦੀ ਖੇਤੀ ਦਾ ਕੰਮ, ਆਪਦੇ ਖੇਤ ਕੰਮ ਕਰੋ ਤੇ ਤੁਹਾਨੂੰ ਨਰੇਗਾ ਦਾ ਜਿਹੜਾ ਫਾਇਦਾ ਮਿਲੂ 24,000 ਰੁਪਇਆ ਹੋ ਗਿਆ ਸਾਲ ਦਾ, 240 ਨੂੰ ਜੇ ਗੁਣਾ ਕਰ ਲਈਏ 100 ਨਾਲ 24,000 ਰੁਪਇਆ ਤੁਹਾਨੂੰ ਆਪਦੇ ਖੇਤ ਕੰਮ ਕਰਨ ਦਾ ਮਿਲਦਾ, 24,000 ਰੁਪਇਆ ਮਾਵਾਂ ਭੈਣਾਂ ਨੂੰ ਇੱਥੇ ਕੰਮ ਕਰਨ ਦਾ। ਇੱਕ ਹੋਰ ਹੈ, ਕੋਈ ਥੋੜਾ ਲੰਬਾ ਹੋ ਜਾਂਦਾ ਪਰ ਮੈਂ ਬਹੁਤ ਪਿੰਡਾਂ ਜਾਣਾ ਪਰ ਮੈਨੂੰ ਵਧੀਆ ਲੱਗ ਰਿਹਾ। ਨਰੇਗਾ ਜਿਹੜੇ ਆ ਉਹ ਕੀ ਬਣਾ ਰੱਖਿਆ ਉਹਨੂੰ, ਕੋਈ ਪ੍ਰੋਡਕਟਿਵ ਕੰਮ ਕਰਾ ਲਓ, ਸਕੂਲ ਚ ਕੋਈ ਕਮਰਾ ਪਾਉਣਾ ਹੈ ਨਰੇਗਾ ਨੂੰ ਕੰਮ ਦਿਓ, ਕੋਈ ਹੋਰ ਆਪਣਾ ਡਿਵੈਲਪਮੈਂਟ ਦਾ ਕੰਮ ਹੈ ਲਾਇਬ੍ਰੇਰੀ ਬਣਾਉਣੀ ਹੈ ਨਰੇਗਾ ਨੂੰ ਦਿਓ। ਹੁਣ ਕੀ ਕਰਦੇ ਨੇ ਨਰੇਗਾ ਵਾਲਿਆਂ ਤੋਂ ਕੀ ਕੰਮ ਲੈਂਦੇ ਨੇ? ਇੱਕ ਇੱਧਰਲਾ ਟੋਭਾ ਇੱਥੋਂ ਚੱਕਿਆ ਇੱਧਰ ਦਾ, ਅਗਲੇ ਸਾਲ ਉੱਧਰੋਂ ਚੱਕਿਆ ਇੱਧਰ ਦਾ, ਇਹ ਕੀ ਡਿਵੈਲਪਮੈਂਟ ਹੈ ਯਾਰ? ਤੁਹਾਨੂੰ ਇਹ ਕੋਈ ਸਿਰ ਤੇ ਇਹਨੂੰ ਧਰ ਕੇ ਟੋਕਰੇ ਧੋਣ ਦਾ ਕੰਮ ਨਹੀਂ ਕਰਨਾ, ਅਸੀਂ ਪ੍ਰੋਡਕਟਿਵ ਕੰਮਾਂ ਚ ਤੁਹਾਡਾ ਕੋਈ ਗਲੀਆਂ ਬਣ ਗਈਆਂ, ਕੋਈ ਸੜਕ ਬਣ ਰਹੀ ਹੈ, ਕੋਈ ਸਕੂਲ ਬਣ ਰਿਹਾ, ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।